ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਚੱਲਦੀ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਤੇ ਕਾਰ ਦੇ ਵਿੱਚ ਬੈਠਾ ਸ਼ਖਸ ਗੱਡੀ 'ਚੋਂ ਬਾਹਰ ਨਹੀਂ ਨਿਕਲ ਪਾਉਂਦਾ ਤੇ ਅੱਗ ਦੇ ਵਿੱਚ ਝੁਲਸ ਕੇ ਉਸਦੀ ਮੌਤ ਹੋ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿੰਨੀ ਭਿਆਨਕ ਇਹ ਅੱਗ ਹੈ ਤੇ ਅੱਗ ਦੇ ਵਿੱਚ ਝੁਲਸ ਕੇ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਤਾਂ ਮੌਕੇ 'ਤੇ ਦਮਕਲ ਵਿਭਾਗ ਦੀ ਟੀਮ ਵੀ ਪਹੁੰਚਦੀ ਹੈ, ਉਹਨਾਂ ਦੇ ਵੱਲੋਂ ਅੱਗ 'ਤੇ ਕਾਬੂ ਤਾਂ ਪਾਇਆ ਗਿਆ ਪਰ ਉਦੋਂ ਤੱਕ ਉਸ ਸ਼ਖਸ ਦੀ ਮੌਤ ਹੋ ਚੁੱਕੀ ਹੁੰਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ 32 ਸਾਲਾ ਇਹ ਸ਼ਖਸ ਗੱਡੀ ਦੇ ਵਿੱਚ ਬੈਠ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਤਾਂ ਜਦ ਹੀ ਉਸਨੂੰ ਪਤਾ ਲੱਗਦਾ ਤਾਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਪਰ ਬਾਹਰ ਨਹੀਂ ਨਿਕਲ ਪਾਉਂਦਾ ਤੇ ਅੱਗ ਵੱਧਦੀ ਜਾਂਦੀ ਹੈ ਤੇ ਅੱਗ ਦੇ ਵਿੱਚ ਝੁਲਸ ਕੇ ਫਿਰ ਉਸਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਤੁਰੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਪਰ ਜਦੋਂ ਤੱਕ ਦਮਕਲ ਵਿਭਾਗ ਦੇ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਗੱਡੀ ਅਤੇ ਉਹ ਸ਼ਖਸ ਦੋਨੋਂ ਹੀ ਰਾਖ ਹੋ ਚੁੱਕੇ ਹੁੰਦੇ ਆ। ਤਾਂ ਦੱਸ ਦਈਏ ਕਿ ਇਹ ਸ਼ਖਸ ਹੁਣ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਜਿਸ ਦੇ ਵਿੱਚ ਇੱਕ ਦੀ ਉਮਰ 10 ਸਾਲ ਤੇ ਦੂਸਰੇ ਦੀ 12 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੀ ਗੱਡੀ ਗਿੱਲੀ ਸੀ ਤੇ ਗਰਮੀ ਬਹੁਤ ਜ਼ਿਆਦਾ ਸੀ ਤਾਂ ਗੱਡੀ 'ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ। ਤਾਂ ਪੁਲਿਸ ਦੇ ਵੱਲੋਂ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ। ਤਾਂ ਦੱਸ ਦਈਏ ਕਿ ਅੱਗ ਦੇ ਵਿੱਚ ਇਹ ਸ਼ਖਸ ਇੰਨਾ ਝੁਲਸ ਗਿਆ ਕਿ ਇਸ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਗਿਆ ਤਾਂ ਬਿਲਕੁਲ ਅੱਗ ਦੇ ਵਿੱਚ ਰਾਖ ਹੋ ਗਿਆ। ਤੇ ਮੇਰੀ ਭੂਆ ਦਾ ਲੜਕਾ ਸੀਗਾ ਜੀ ਸਕੈਂਡ ਤੋਂ ਸਾਡੇ ਇਹ ਤੇ ਇਕੱਲਾ ਹੀ ਮੁੰਡਾ ਜੀ ਇਹ। ਇਹਦੇ ਮੰਮੀ ਡੈਡੀ ਦੀ ਵੀ ਡੈਥ ਹੋਈ ਹੈ ਪਹਿਲਾਂ ਪਿੱਛੇ, ਡੈਡੀ ਦੀ ਤਾਂ ਛੋਟੇ ਹੁੰਦੇ ਡੈਥ ਹੋ ਗਈ ਸੀ, ਇਹਦੇ ਦੋ ਬੱਚੇ ਜੀ, ਮੁੰਡਾ ਕੁੜੀ 10 ਸਾਲ ਦੇ ਤੇ ਇਕੱਲਾ ਹੀ ਸੀਗਾ ਜੀ ਸਵੇਰੇ ਇਹ। ਪਹਿਲਾਂ ਸਾਡੇ ਡੇਰੇ ਪ੍ਰੋਗਰਾਮ ਸੀ ਦਰਾਜ, ਉੱਥੇ ਗਿਆ ਜੀ, ਮੇਰੇ ਨਾਲ ਹੀ ਮੈਂ ਇਹਨੂੰ ਡੇਰੇ ਤਾਰ ਕੇ ਆਇਆ ਉੱਥੇ ਵਿਚਾਰੇ ਨੂੰ ਗੱਡੀ 'ਚ, ਖੁਦ ਟੱਕਰ ਗਿਆ ਮੈਨੂੰ ਜਾਂਦਾ ਅਤੇ ਅੱਗੇ ਮੈਂ ਡੇਰੇ ਤਾਰਤਾ। ਉੱਥੇ ਵਧੀਆ ਬਹੁਤ ਨਰਮ ਪਰਿਵਾਰ ਹੈ ਜੀ, ਕੋਈ ਖਾਂਦਾ ਨਹੀਂ ਪੀਂਦਾ ਨਹੀਂ ਸੀ ਕੁਛ, ਬਸ ਤੁਸੀਂ ਸਮਝ ਲਓ ਘਰ ਹੀ ਤਬਾਹ ਹੋ ਗਿਆ ਜੀ ਇਹਨਾਂ ਦਾ। ਉਮਰ ਇਹਦੀ 32-33 ਸਾਲ ਹੋ ਗਈ ਜੀ। ਇਹ ਕੋਈ ਜਾਂਦਾ ਜੀ ਧੁੱਪ ਕਾਰਨ ਲਾ ਲਓ ਜਾਂ ਕੋਈ ਸੋਕਟ ਕੋਈ ਕਰੰਟ ਵਜਾ ਕੋਈ ਜਾਂ ਕੋਈ ਹੈ ਦਿੱਕਤ ਨਾਲ ਹੀ ਮੰਨ ਲਓ ਅੱਗ ਲੱਗੀ ਹੈ ਗੱਡੀ ਨੂੰ। ਗੱਡੀ ਨਵੀਂ ਗੱਡੀ ਹੈ, ਕੋਈ ਗੈਸ ਦੀ ਗੱਡੀ ਨਹੀਂ, ਪੈਟਰੋਲ ਦੀ ਰੀਜਨਲ ਗੱਡੀ ਹੈ ਜੀ, ਪੈ ਜਾਓ ਨਵਾਂ ਵਿਆਹ 'ਚ ਮਿਲੀ ਵੀ ਇਹਨੂੰ ਗੱਡੀ। ਪਿੰਡ 'ਚ ਸਾਡੇ ਜੀ ਡੇਰੇ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ, ਉੱਥੇ ਮੁੰਡਾ ਸੇਵਾ ਕਰ ਰਿਹਾ ਸੀਗਾ। ਕੀ ਟਾਈਮ ਸੀਗਾ ਕਿ 10 ਦਾ ਟਾਈਮ ਸੀ, ਤੜਕੇ 10 ਦਾ ਟਾਈਮ ਸੀ ਜਦੋਂ ਮੈਂ ਇਹਨੂੰ ਮੰਨ ਲਓ ਉੱਥੇ ਡੇਰੇ ਗਿਆ ਜੀ ਇਹ। ਉਦੋਂ ਬਾਅਦ ਸਾਨੂੰ ਤਾਂ ਹੁਣ ਅਚਾਨਕ ਇੱਥੋਂ ਫੋਨ ਗਿਆ, ਪਤਾ ਲੱਗਿਆ ਵੀ ਦਰਾਜ ਦੀ ਗੱਡੀ ਹੈ, ਐਂ ਕਰਕੇ ਵੀ ਆਹ ਗੱਲਬਾਤ ਆ, ਫਿਰ ਅਸੀਂ ਆਏ ਹਾਂ ਜੀ। ਜੀ ਇਹਦਾ ਨਾ ਸਕੂਲ ਬੱਸ ਹੈ ਜੀ, ਇਹਦੇ ਕੋਲ ਮੌਂਟੀਲੇਟਰ ਦੇ ਵਿੱਚ ਸਕੂਲ ਬੱਸ ਚਲਾਉਂਦਾ ਜੀ, ਉਹਦੇ ਕੋਈ ਆਪਦੇ ਕੰਮ ਸੰਬੰਧੀ ਜਾਂ ਪਰਿਵਾਰਕ ਕੰਮ ਸੰਬੰਧੀ ਕੋਈ ਜਾ ਰਿਹਾ ਹੋਊਗਾ ਜੀ, ਇਹਦੇ ਬਾਰੇ ਤਾਂ ਜੀ ਹੁਣ ਆਪਾਂ ਪਰਮਾਤਮਾ ਜਾਣਦਾ। ਇਹ ਮੌਂਟੀਲੇਟਰ ਜੀ ਰਾਮਪਰਾ ਫੂਲ, ਉਹਦੇ ਵਿੱਚ ਇਹਦੀ ਬੱਸ ਪਾਈ ਵੀ ਹੈ ਜੀ। ਇਹਦੇ ਜੀ ਦੋ ਬੱਚੇ ਹੈ ਜੀ ਤੇ ਮੰਮੀ ਡੈਡੀ ਦੇ ਡੈਥ ਹੋਈ ਵੀ ਹੈ ਜੀ, ਇਕੱਲੇ ਹੀ ਸੀਗਾ ਜੀ। ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਗਰਮੀ ਦਾ ਟਾਈਮ ਹੈ, ਆਪਦਾ ਸਵੇਰੇ ਸ਼ਾਮ ਠੰਡੇ ਹੋਏ ਆਪਦੀ ਗੱਡੀ ਨੂੰ ਪੂਰੀ ਗੌਰ ਨਾਲ ਚੈੱਕ ਕਰਵਾ ਕੇ ਕੋਈ ਲੀਕੇਜ ਵਗੈਰਾ ਜਾਂ ਹੋਰ ਇਹੋ ਜਿਹੇ ਵਜ੍ਹਾ ਦੀ ਵੀ ਆਪਾਂ ਬਚ ਸਕੀਏ ਜੀ। ਤਾਂ ਜੀ ਵੀਡੀਓ ਦਾ ਕੋਈ ਤਲਕ ਨਹੀਂ ਹੈਗਾ, ਉਹ ਤਾਂ ਆਪਦੀ ਇੱਕ ਪਬਲਿਸਿਟੀ ਲਈ ਵੀਡੀਓ ਬਣਾ ਲੈਂਦੇ ਜੀ, ਸਪੈਸ਼ਲੀ ਪਹਿਲਾਂ ਪ੍ਰਸ਼ਾਸਨ ਨੂੰ ਕਾਲ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਮੈਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀਗੀ, ਐਂ ਕਰਕੇ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਸੰਗਰੂਰ ਹਾਈਵੇ 'ਤੇ ਮੋਗਾ ਬਾਈਪਾਸ ਨਿਕਲਦਾ, ਇਹਦੇ 'ਤੇ ਗੱਡੀ ਨੂੰ ਅੱਗ ਲੱਗੀ, ਉੱਥੇ ਪਹੁੰਚੋ। ਅਸੀਂ ਤੁਰੰਤ ਹੀ ਇੱਥੇ ਪਹੁੰਚ ਗਏ, ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ। ਚਲੋ ਕਾਫੀ ਬੁਝਾਉਣ ਦੀ ਇਹਨੂੰ ਕੋਸ਼ਿਸ਼ ਕੀਤੀ, ਲੋਕਾਂ ਨੇ ਵੀ ਕਾਫੀ ਉਹਦੇ 'ਤੇ ਰੇਤਾ ਰੂਤਾ ਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਹੋਈ। ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ। ਬੰਦੇ ਦਾ ਨਾਂ ਹਰਚਰਨ ਸਿੰਘ, ਪੁੱਤਰ ਹਰਬੰਸ ਸਿੰਘ, ਵਾਸੀ ਦਰਾਜ ਹੈਗਾ। ਗੱਡੀ ਦਾ ਨੰਬਰ ਪਲੇਟ ਤੋਂ ਅਸੀਂ ਵੈਰੀਫਾਈ ਕਰਵਾ ਕੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਬੁਲਾ ਲਿਆ, ਉਹ ਪਹੁੰਚ ਚੁੱਕੇ ਨੇ ਇੱਥੇ ਅਤੇ ਡੈਡ ਬੋਡੀ ਬਾਹਰ ਕਢਵਾ ਲਈ ਹੈ, ਬਾਹਰ ਕਢਵਾ ਕੇ ਹੋਸਪਿਟਲ ਲੈ ਕੇ ਜਾ ਰਹੇ ਹੈਗੇ। ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਸੀਗੀ, ਫਿਰ ਉਹਨਾਂ ਨੇ ਅੱਗ ਬੁਝਾਉਣ ਤੋਂ ਬਾਅਦ ਹੀ ਫਿਰ ਹੀ ਸਾਰਾ ਕੁਝ ਕਰ ਲਿਆ।